ਧੰਨ ਗੁਰੂ ਰਾਮਦਾਸ ਜੀ, 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 ਪਿਆਰ ਚ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ। ਪਰਮ ਸਨਮਾਨਯੋਗ ਸਤਸੰਗੀਓ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਹਫ਼ਤੇ ਦੀ ਤਰ੍ਹਾਂ ਅੱਜ ਵੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਿਖੇ ਪਹੁੰਚੇ ਹੋ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ। ਉਦਮ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਦਾ ਜੋ ਇਸ ਆਸ਼ੇ ਨੂੰ ਲੈ ਕੇ ਇਹ ਸਮਾਗਮ ਕਰਵਾ ਰਹੇ ਨੇ, ਆਪ ਜਪੋ ਅਵਰਹਾ ਨਾਮ ਜਪਾਵੋ। ਆਓ ਜਿਹਨੇ ਇੱਥੇ ਬੈਠੇ ਹੋ, ਜਿਹਨੇ ਘਰਾਂ 'ਚ ਬੈਠ ਕੇ ਵੇਖ ਰਹੇ ਹੋ, ਸਤਿਗੁਰੂ ਜੀ ਦੇ ਅਦਬ ਸਤਿਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ। ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ, ਪਿਆਰ ਚੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਿੰਘਾਸਨ 'ਤੇ ਬੈਠੇ ਨੇ, ਸੰਗਤਾਂ ਆ ਕੇ ਨਮਸਕਾਰ ਕਰ ਰਹੀਆਂ ਨੇ। ਸਤਿਗੁਰੂ ਦੇ ਕੋਲ ਭਾਈ ਬਿਧੀ ਚੰਦ ਜੀ ਵੀ ਬੈਠੇ ਨੇ, ਬਾਬਾ ਬੁੱਢਾ ਸਾਹਿਬ ਜੀ ਵੀ ਬੈਠੇ ਨੇ, ਹੋਰ ਵੀ ਸਤਿਗੁਰੂ ਜੀ ਦੇ ਸਿੱਖ ਕੋਲ ਬੈਠੇ ਨੇ। ਛੇਵੇਂ ਪਾਤਸ਼ਾਹ ਮੇਰੀ ਪੀਰੀ ਵਾਲੇ ਪਿਤਾ ਜੀ ਪਤਾ ਨਹੀਂ ਕੀ ਮੌਜ ਵਿੱਚ ਆਏ, ਅੱਜ ਆਖਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰਦੇਵ ਪਿਤਾ ਧੰਨ ਗੁਰੂ ਅਰਜਨ ਦੇ ਪਿਤਾ ਜੀ ਦੇ ਕੋਲ ਰਹਿ ਕੇ ਬੜੀਆਂ ਵੱਡੀਆਂ ਵੱਡੀਆਂ ਸੇਵਾਵਾਂ ਨਿਭਾਈਆਂ ਨੇ, ਤਾਂ ਅੱਜ ਦਿਲ ਹੈ ਗੁਰੂ ਅਰਜਨ ਦੇ ਪਿਤਾ ਜੀ ਦੀ ਕੋਈ ਵਡਿਆਈ ਸਾਨੂੰ ਸੁਣਾਓ। ਉਸ ਵੇਲੇ ਬਾਬਾ ਬੁੱਢਾ ਸਾਹਿਬ ਦੇ ਦੋਵੇਂ ਹੱਥ ਜੋੜ ਲਏ, ਆਖਣਗੇ ਹੇ ਗਰੀਬ ਨਿਵਾਇ ਸਤਿਗੁਰੂ ਜੀ, ਹੇ ਮੇਰੀ ਪੀਰੀ ਵਾਲੇ ਪਿਤਾ ਜੀ, ਮੇਰੀ ਇਹ ਰਸਨਾ ਗੁਰੂ ਅਰਜਨ ਦੇ ਪਿਤਾ ਜੀ ਦੀ ਕੀ ਵਡਿਆਈ ਕਰੇ। ਹੁਣ ਧਿਆਨ ਦਿਓ, ਬਾਬਾ ਬੁੱਢਾ ਸਾਹਿਬ ਕੀ ਕਹਿੰਦੇ, ਹੇ ਬੰਦੀ ਛੋਰ ਪਿਤਾ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਗਰੀਬ ਨਿਵਾਜ ਜੀ, ਮੇਰੀ ਇਹ ਰਸਨਾ ਗੁਰੂ ਅਰਜਨ ਦੇ ਪਿਤਾ ਜੀ ਦੀ ਕੀ ਵਡਿਆਈ ਕਰੇ, ਕੀ ਵਡਿਆਈ ਕਰੇ, ਗੁਰੂ ਅਰਜਨ ਦੇ ਪਿਤਾ ਜੀ ਵਰਗਾ ਕੋਈ ਦਿਆਲੂ ਨਹੀਂ ਹੋਇਆ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਕਿਤੇ ਤਾਂ ਸਤਿਗੁਰੂ ਸੰਸਾਰ ਦੇ ਭਲੇ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਨੇ, ਕਿਤੇ ਸਤਿਗੁਰ ਜੀ ਲਾਹੌਰ ਜਾ ਕੇ ਰੋਗੀਆਂ ਦੀ ਹੱਥੀ ਸੇਵਾ ਕਰਦੇ ਨੇ। ਜਦੋਂ ਲਾਹੌਰ ਕਾਲ ਪੈ ਗਿਆ 1595 ਦੇ ਵਿੱਚ, ਉੱਥੇ ਹੱਥੀ ਸੇਵਾ ਕਰਦੇ ਨੇ ਲਾਹੌਰ ਜਾ ਕੇ। ਕਿਤੇ ਸਤਿਗੁਰ ਤਰਨ ਤਰਨ ਸਾਹਿਬ ਦੀ ਧਰਤੀ 'ਤੇ ਆਪ ਕੋੜੀਆਂ ਦੇ ਜ਼ਖਮ ਵੀ ਸਾਫ਼ ਕਰਦੇ ਨੇ, ਉੱਤੇ ਮਲਮ ਵੀ ਲਾਉਂਦੇ ਨੇ, ਪੱਟੀਆਂ ਵੀ ਕਰਦੇ ਨੇ। ਹੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਵਾਕਈ ਤੁਸੀਂ ਕਿੰਨੇ ਦਿਆਲੂ ਹੋ। ਸੰਸਾਰ 'ਤੇ ਪਤਾ ਨਹੀਂ ਕਿਹੜੀ ਅੱਗ ਵਰਸ ਜਾਣੀ ਸੀ, ਉਹ ਅੱਗ ਸਤਿਗੁਰ ਨੇ ਆਪਣੇ ਸਰੀਰ 'ਤੇ ਲੈ ਲਈ। ਵੇਖ ਲਓ ਗੁਰੂ ਅਰਜਨ ਦੇਵ ਪਿਤਾ ਜੀ ਕਿੰਨੇ ਦਿਆਲੂ ਨੇ।
ਆਓ ਪਿਆਰ ਚ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ, ਕੰਜੂਸੀ ਨਾ ਕਰਿਆ ਕਰੋ, ਪਿਆਰ ਚ ਆਖਿਆ ਕਰੋ, ਮੇਰਾ ਦਿਲ ਹੈ ਇੱਕ ਵਾਰੀ ਪੰਕਤੀ ਪੜ੍ਹ ਲਓ, ਫਿਰ ਨਾਲ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ। ਜਪਿਓ ਜਿਨ ਅਰਜਨ ਦੇਵ ਗੁਰੂ, 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 ਫਿਰ ਸੰਕਟ ਜੋਨ ਗਰਭ ਨਾ ਆਇਓ। ਵੇਖੋ ਸਤਿਗੁਰ ਨੇ ਸ਼ਹੀਦੀ ਗੁਰਮੁਖ ਦਿੱਤੀ, ਸੰਸਾਰ ਤੇ ਪਤਾ ਨਹੀਂ ਕਿਹੜੀ ਅੱਗ ਵਰਸਣੀ ਸੀ। ਇਹ ਸ਼ਹੀਦੀ ਦੇ ਕਾਰਨ ਕੀ ਨੇ ਗੁਰਮੁਖੋ? ਜੋ ਸਤਿਗੁਰ ਦੀ ਸ਼ਹੀਦੀ ਹੋਈ ਹੈ ਇਹਦੇ ਕਾਰਨ ਕੀ ਨੇ? ਸਤਿਗੁਰ ਤਰਸ ਕਰਕੇ ਅੱਜ ਕੋਈ ਸਮਾਜ ਸੇਵਾ ਲੈਣ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ। ਪਹਿਲਾ ਕਾਰਨ ਹੈ ਜਹਾਂਗੀਰ ਆਪ, ਤੁਝਕੇ ਜਹਾਂਗੀਰ ਦੇ ਵਿੱਚ ਜੋ ਜਹਾਂਗੀਰ ਦੀ ਆਪਣੀ ਆਟੋਬਾਇਓਗ੍ਰਾਫੀ ਹੈ ਉਹਦੇ 'ਚ ਪਤਾ ਕੀ ਲਿਖਦਾ ਜਹਾਂਗੀਰ? ਕਹਿੰਦਾ ਚਾਰ ਪੰਜ ਪੀੜ੍ਹੀਆਂ ਤੋਂ ਇਹ ਸਿੱਖੀ ਦੀ ਦੁਕਾਨ ਚੱਲ ਰਹੀ ਹੈ। ਇਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਗੁਰੂ ਨਾਨਕ ਜੀ ਦੀ ਗੱਦੀ 'ਤੇ ਬੈਠੇ ਨੇ, ਚਾਰ ਪੰਜ ਪੀੜ੍ਹੀਆਂ ਤੋਂ ਇਹ ਸਿੱਖੀ ਦੀ ਝੂਠ ਦੀ ਦੁਕਾਨ ਚੱਲ ਰਹੀ ਹੈ। ਵੇਖੋ ਝੂਠ ਦੀ ਦੁਕਾਨ ਲਿਖਦਾ, ਈਰਖਾ ਕਿੱਥੋਂ ਸਾਬਤ ਹੁੰਦੀ ਹੈ? ਚਾਰ ਪੰਜ ਪੀੜ੍ਹੀਆਂ ਤੋਂ ਇਹ ਸਿੱਖੀ ਦੀ ਝੂਠ ਦੀ ਦੁਕਾਨ ਚੱਲਦੀ ਪਈ ਹੈ। ਮੈਂ ਬੜਾ ਯਤਨ ਕੀਤਾ ਕਿ ਇਹਨੂੰ ਜਿੰਦਰਾ ਲੱਗ ਜਾਵੇ, ਪਰ ਅਜੇ ਤੱਕ ਜਿੰਦਰਾ ਲੱਗਾ ਨਹੀਂ ਇਹਨੂੰ। ਵੇਖੋ ਗੁਰਮੁਖੋ, ਜਹਾਂਗੀਰ ਦੀ ਈਰਖਾ ਆਪਣੀ ਲਿਖਤ ਵਿੱਚੋਂ ਗੁਰਮੁਖੋ ਵੇਖੋ ਪ੍ਰਗਟ ਹੋ ਰਹੀ ਹੈ। ਜਹਾਂਗੀਰ ਨੇ ਰੱਜ ਕੇ ਗੁਰੂ ਘਰ ਨਾਲ ਈਰਖਾ ਕੀਤੀ ਰੱਜ ਕੇ। ਦੂਸਰਾ ਕਾਰਨ ਸਖੀ ਸਰਵਰ ਮਤ, ਇਹ ਲੋਕਾਂ ਨੂੰ ਕਬਰਾਂ ਦੇ ਨਾਲ ਜੋੜਦੇ ਸਨ। ਜਦੋਂ ਗੁਰੂ ਅਰਜਨ ਦੇ ਪਿਤਾ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਨਾ ਸਤਸੰਗੀਓ, ਲੋਕ ਕਬਰਾਂ ਨਾਲੋਂ ਟੁੱਟ ਕੇ ਸੱਚ ਨਾਲ ਜੁੜਨਾ ਸ਼ੁਰੂ ਹੋ ਗਏ, ਗੁਰਬਾਣੀ ਨਾਲ ਜੁੜਨਾ ਸ਼ੁਰੂ ਹੋ ਗਏ। ਇਹ ਸਖੀ ਸਰਵਰੀਏ ਵੀ ਈਰਖਾ ਕਰਨੀ ਸ਼ੁਰੂ ਕਰਤੀ। ਉਦੋਂ ਇਹਨਾਂ ਨੂੰ ਵੱਡੀ ਸੱਟ ਲੱਗੀ ਸਖੀ ਸਰਵਰਾਂ ਨੂੰ, ਕਦੋਂ? ਜਦੋਂ ਕੰਗ ਮਈ ਦਾ ਰਹਿਣ ਵਾਲਾ ਨਾਮ ਸੀ ਤੀਰਥਾ ਅੰਮ੍ਰਿਤਸਰ ਵਿਖੇ ਆਉਂਦਾ ਹੈ, ਇੱਥੇ ਰਾਤ ਪੈ ਜਾਂਦੀ ਹੈ, ਕਹਿੰਦਾ ਚਲੋ ਜੋ ਗੁਰੂ ਨਾਨਕ ਜੀ ਦਾ ਘਰ ਹੈ ਉੱਥੇ ਚੱਲਦੇ ਹਾਂ। ਇਹ ਹਰਿਮੰਦਰ ਸਾਹਿਬ ਆ ਜਾਂਦਾ ਜੀ, ਇਹ ਤੀਰਥਾ ਨਾਲ ਇਹਦੇ ਸੰਗੀ ਸਾਥੀ ਨੇ। ਇਹ ਸਖੀ ਸਰਵਰ ਦਾ ਵੱਡਾ ਪ੍ਰਚਾਰਕ ਹੈ, ਹੱਥ ਵਿੱਚ ਇਹਨੇ ਖੁੰਡੀ ਫੜੀ ਹੋਈ ਹੈ। ਇਹ ਜਦੋਂ ਇੱਥੇ ਪਹੁੰਚਦਾ ਹੈ ਹਰਿਮੰਦਰ ਸਾਹਿਬ, ਕੀ ਵੇਖਦਾ ਹੈ? ਸਿੱਖਾਂ ਦੇ ਚਿਹਰੇ ਹੱਸੂ ਸੂਬੇ ਕਰਦੇ ਨੇ, ਸਿੱਖ ਭੱਜ ਭੱਜ ਕੇ ਸੇਵਾ ਕਰਦੇ ਨੇ, ਕੋਈ ਸਿੱਖ ਬਾਣੀ ਪਿਆ ਪੜ੍ਹਦਾ ਹੈ, ਕੋਈ ਸਿੱਖ ਸੇਵਾ ਪਿਆ ਕਰਦਾ ਹੈ। ਇਹ ਕਿਸੇ ਸਿੱਖ ਨੂੰ ਪੁੱਛਦਾ, ਕਹਿੰਦਾ ਜੀ ਇਸ ਘਰ ਦੇ ਗੁਰੂ ਜੀ ਕੌਣ ਨੇ? ਤੇ ਉਹ ਸਿੱਖ ਪਤਾ ਕੀ ਕਹਿੰਦਾ ਜਿਹਨੂੰ ਪੁੱਛਿਆ? ਕਹਿੰਦਾ ਭਲਿਆ ਕਾਬਲ ਤੋਂ ਸੰਗਤ ਆਈ ਆ, ਉਹ ਸਾਹਮਣੇ ਜੋ ਸਿੱਖਾਂ ਦੇ ਜੋੜਿਆਂ 'ਚ ਬੈਠ ਕੇ ਸਿੱਖਾਂ ਦੇ ਜੋੜੇ ਆਪਣੇ ਹਜ਼ੂਰੀਏ ਨਾਲ ਸਾਫ ਪਏ ਕਰਦੇ ਨੇ ਨਾ, ਹੋਰ ਕੋਈ ਨਹੀਂ, ਉਹ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹ ਤੁਹਾਡਾ ਭਲਾ ਹੋ ਜੇ,
ਹੋਣ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਪੰਜਵੀਂ ਜੋਤ ਸਤਿਗੁਰੂ ਜੀ ਦੀ। ਆਪ ਧੰਨ ਗੁਰੂ ਅਰਜਨ ਦੇ ਪਰਮੇਸ਼ਰ ਦਾ ਸਰੂਪ ਨੇ। ਪੰਨ ਮਥੁਰਾ ਕੁਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ ਪਰਮੇਸ਼ਰ ਦਾ ਸਰੂਪ ਨੇ ਆਪ। ਤੇ ਸੰਗਤਾਂ ਦੇ ਜੋੜੇ ਦੇ ਬੈਠ ਕੇ ਸੰਗਤਾਂ ਦੇ ਜੋੜੇ ਸਾਫ਼ ਕਰਨ ਆਪਣੇ ਹਜ਼ੂਰੀਏ ਦੇ ਨਾਲ। ਫਿਰ ਐਸੀ ਦਿਲ ਤੇ ਸੱਟ ਲੱਗੀ ਗੁਰਮੁਖੋ, ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਜਾਂਦੇ ਨੇ, ਆਖਣ ਲੱਗੇ ਸਤਿਗੁਰੂ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਤੇ ਗੁਰੂ ਅਰਜਨ ਦੇਵ ਪਤਾ ਕੀ ਕਹਿੰਦੇ, ਕਹਿੰਦੇ ਉਹ ਤੀਰਥਿਆ ਸਿੱਖੀ ਤੇ ਸਿੱਖੀ ਕਦੀ ਨਹੀਂ ਟਿਕਦੀ। ਹੁਣ ਧਿਆਨ ਦਿਓ ਕੀ ਆਖਿਆ, ਇਹਦੀ ਸਿੱਖੀ ਤੇ ਸਿੱਖੀ ਕਦੇ ਨਹੀਂ ਟਿਕਦੀ। ਤੁਸੀਂ ਕਬੜਾਂ ਨਾਲ ਜੁੜੇ ਹੋ, ਲੋਕਾਂ ਨੂੰ ਕਬੜਾਂ ਦੇ ਨਾਲ ਜੋੜਦੇ ਹੋ, ਪਰ ਇੱਥੇ ਤਾਂ ਗੱਲ ਇੱਕ ਦੀ ਹੈ। ਗੁਰੂ ਨਾਨਕ ਜੀ ਨੇ ਬਾਣੀ ਵੀ ਇੱਕ ਤੋਂ ਸ਼ੁਰੂ ਕੀਤੀ ਹੈ, ਇੱਕ ਓਅੰਕਾਰ। ਇੱਥੇ ਤਾਂ ਇਹ ਪੜ੍ਹਾਇਆ ਜਾਂਦਾ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇੱਥੇ ਤਾਂ ਇਹ ਆਵਾਜ਼ ਆਉਂਦੀ ਹੈ, ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਦਿੰਦੇ ਟੁੱਟ ਨਾ ਆਵਈ ਅਗਣਤ ਭਰੇ ਭੰਡਾਰ। ਇੱਥੇ ਤਾਂ ਗੁਰੂ ਨਾਨਕ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਹੈ, ਕਿਹੜੀ ਪੜੋ ਪਿਆਰ ਚ, ਇੱਕੋ ਹੈ ਭਾਈ ਇੱਕੋ ਹੈ, 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 ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ 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 ਇੱਕੋ ਹੈ। ਸਤਿਗੁਰ ਜੀ ਕਹਿੰਦੇ ਇੱਥੋਂ ਇਹ ਆਵਾਜ਼ ਆਉਂਦੀ ਹੈ, ਏਕ ਪਿਤਾ ਏਕ ਸਕੇ ਹਮ ਵਾਰਿਕ। ਇੱਥੋਂ ਤਾਂ ਬਾਣੀ ਤੋਂ ਇਹ ਆਵਾਜ਼ ਆਉਂਦੀ ਹੈ, ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ। ਇੱਥੋਂ ਤਾਂ ਇਹ ਆਵਾਜ਼ ਆਉਂਦੀ ਹੈ ਗੁਰਮੁਖੋ, ਜਦੋਂ ਸਤਿਗੁਰ ਨੇ ਬਾਣੀ ਦੇ ਤੀਰ ਮਾਰੇ, ਇਹ ਸਤਿਗੁਰ ਦੇ ਚਰਨਾਂ ਤੇ ਡਿੱਗ ਪਿਆ। ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪੜਿਆ ਪਰਾ ਕਰੇਜੇ ਸ਼ੇਕ। ਸਤਿਗੁਰ ਜੀ ਮੈਨੂੰ ਆਪਣਾ ਸਿੱਖ ਬਣਾ ਲਓ। ਫਿਰ ਐਸੀ ਸਿੱਖੀ ਕਮਾਈ, ਇਹੋ ਹੀ ਤੀਰਥਾ ਭਾਈ ਮੰਝ ਬਣ ਗਿਆ। ਮੈਂ ਕੋਈ ਇਤਿਹਾਸ ਕੋਈ ਸਾਖੀ ਨਹੀਂ। ਫਿਰ ਐਡੀ ਸੇਵਾ ਕੀਤੀ, ਐਡੀ ਸੇਵਾ ਕੀਤੀ, ਇੱਕ ਦਿਨ ਸਤਿਗੁਰ ਜੀ ਭਾਈ ਮੰਝ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਆਖਣਗੇ, ਭਾਈ ਮੰਝ ਆ ਤੈਨੂੰ ਅੱਜ ਮੈਂ ਆਪਣੇ ਗਲ ਦੇ ਨਾਲ ਲਾ ਕੇ ਗੁਰੂ ਨਾਨਕ ਜੀ ਦੇ ਘਰੋਂ ਬਖਸ਼ਿਸ਼ ਦੇਵਾਂ। ਕਿਹੜੀ ਬਖਸ਼ਿਸ਼ ਦਿੱਤੀ? ਆਖਣ ਲੱਗੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜਗ ਲੰਘਣਹਾਰਾ। ਉਹ ਭਾਈ ਮੰਝ ਅੱਜ ਤੂੰ ਇਸ ਅਵਸਥਾ ਤੇ ਪਹੁੰਚ ਗਿਆ, ਆਪ ਮੁਕਤ ਮੁਕਤ ਕਰੇ ਸੰਸਾਰ, ਤੂੰ ਵੀ ਮੁਕਤ ਹੋ ਗਿਆ, ਜੋ ਤੇਰੇ ਨਾਲ ਰਲ ਕੇ ਨਾਮ ਜਪਣਗੇ ਉਹ ਵੀ ਮੁਕਤ ਹੋ ਜਾਣਗੇ।
ਭਾਈ ਗੁਰਦਾਸ ਜੀ ਕਹਿੰਦੇ ਮੰਜ ਪੰਨੂ ਪ੍ਰਵਾਨ ਹੈ। ਗੁਰੂ ਅਰਜਨ ਦੇਵ ਜੀ ਆਖਣ ਲੱਗੇ ਉਹ ਭਾਈ ਮੰਜ, ਅੱਜ ਤੂੰ ਗੁਰੂ ਨਾਨਕ ਜੀ ਦੇ ਘਰ ਪ੍ਰਵਾਨ ਹੋ ਗਿਆ, ਤੂੰ ਪ੍ਰਵਾਨ ਹੋ ਗਿਆ, ਮੰਜ ਪੰਨੂ ਪ੍ਰਵਾਨ ਹੈ। ਸਖੀ ਸਰਵਰਾਂ ਨੂੰ ਜਦੋਂ ਪਤਾ ਲੱਗਾ ਏਦਾਂ, ਜੋ ਸਾਡਾ ਪ੍ਰਚਾਰਕ ਤੀਰਥਾ ਸੀ ਉਹ ਵੀ ਭਾਈ ਮੰਜ ਬਣ ਗਿਆ, ਹੁਣ ਸਿੱਖੀ ਦਾ ਪ੍ਰਚਾਰ ਕਰਦਾ, ਜਾ ਕੇ ਜਹਾਂਗੀਰ ਦੇ ਕੰਨ ਭਰਦੇ ਸ਼ੁਰੂ ਕਰਤੇ। ਇਹ ਵੀ ਵੱਡਾ ਕਾਰਨ, ਸਖੀ ਸਰਵਰਾਂ ਦੇ ਵੱਡੇ ਵੱਡੇ ਕੇਂਦਰ, ਵੱਡੇ ਵੱਡੇ ਡੇੜੇ ਗੁਰਮੁਖੋਂ ਟੁੱਟ ਗਏ, ਸਿੱਖੀ ਦੇ ਨਾਲ ਜੁੜ ਗਏ। ਅਗਲਾ ਕਾਰਨ, ਨਕਸ਼ਬੰਦੀ ਜਮਾਤ ਹੁੰਦੀ ਹੈ ਕਿ ਨਕਸ਼ਬੰਦੀ ਹੈ, ਇਹਨਾਂ ਦਾ ਆਗੂ ਸੀ ਸ਼ੇਖ ਫਰੀਦ ਬੁਖਾਰੀ, ਇਹਨਾਂ ਦਾ ਆਗੂ ਸੀ। ਇਹ ਵੀ ਜਹਾਂਗੀਰ ਦੇ ਕੰਨ ਭਰਦਾ, ਕਿਉਂ? ਇਹਨੇ ਜਦੋਂ ਵੇਖਿਆ ਸਾਈਂ ਮੀਆਂ ਮੀਰ ਜੀ ਵੀ ਕੁਰਾਨ ਸ਼ਰੀਫ ਦੀਆਂ ਕਲਮਾਂ ਪੜ੍ਹਨ ਦੀ ਬਜਾਏ ਸੁਖਮਨੀ ਸਾਹਿਬ ਦੀ ਬਾਣੀ ਸੁਣਦੇ ਨੇ, ਉਹਦਾ ਇਸਲਾਮ ਦੇ ਪ੍ਰਚਾਰਕ ਸਨ, ਹੁਣ ਗੁਰੂ ਘਰ ਦੀ ਵਡਿਆਈ ਕਰਦੇ ਨੇ ਸਾਈਂ ਮੀਆਂ ਮੀਰ ਜੀ, ਅਤੇ ਇਹ ਨਕਸ਼ਬੰਦੀਆਂ ਵੀ ਈਰਖਾ ਕਰਨੀ ਸ਼ੁਰੂ ਕਰਤੀ ਇਹਨਾਂ ਨੇ। ਸ਼ੇਖ ਫਰੀਦ ਬੁਖਾਰੀ ਇਹ ਵੀ ਜਹਾਂਗੀਰ ਦੇ ਕੰਨ ਭਰਦਾ ਹੈ, ਸਰਕਾਰੀ ਦਰਬਾਰ ਚੱਲਦੀ ਹੈ ਇਹਦੀ। ਅਗਲਾ ਕਾਰਨ, ਗੁਰਮੁਖੋ ਸਤਿਗੁਰ ਸ਼ਹੀਦੀ ਦਾ, ਚਾਰ ਕਵੀ ਆਏ ਸਨ ਜਦੋਂ ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਰੀ ਬਾਣੀ ਇੱਕ ਜਗ੍ਹਾ ਇਕੱਤਰ ਕੀਤੀ, ਭਾਈ ਗੁਰਦਾਸ ਜੀ ਕੋਲੋਂ ਗੁਰਬਾਣੀ ਲਿਖਾਈ, ਚਾਰ ਕਵੀ ਆਏ, ਆਖਣ ਲੱਗੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਸਾਡੀ ਰਚਨਾ ਵੀ ਦਰਜ ਕਰ ਲਓ ਤੁਸੀਂ। ਸਤਿਗੁਰੂ ਕਹਿੰਦੇ ਆਪਣੀ ਰਚਨਾ ਸੁਣਾਓ। ਜਦੋਂ ਚਮਨ ਨੇ ਆਪੋ ਆਪਣੀ ਰਚਨਾ ਸੁਣਾਈ, ਕਾਨਾ ਪੀਲੂ ਛੱਜੂ ਤੇ ਸਾਹ ਹੁਸੈਨ, ਇਹ ਚਾਰ ਜਣੇ ਸਨ। ਜਦੋਂ ਆਪੋ ਆਪਣੀ ਰਚਨਾ ਇਹਨਾਂ ਸੁਣਾਈ, ਕਿਸੇ ਦੀ ਰਚਨਾ ਨੇ ਔਰਤ ਨੂੰ ਮੰਦਾ ਆਖਿਆ ਹੈ, ਸਤਿਗੁਰ ਜੀ ਆਖਣ ਲੱਗੇ ਤੁਸੀਂ ਔਰਤ ਨੂੰ ਮੰਦਾ ਆਖ ਰਹੇ ਹੋ, ਇੱਥੋਂ ਇਹ ਆਵਾਜ਼ ਆਉਂਦੀ ਹੈ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਕਿਸੇ ਦੀ ਰਚਨਾ ਦੇ ਵਿੱਚੋਂ ਹਉਮੈ ਦੇ ਬੋਲ ਨੇ, ਉਹੀ ਰੇ ਮੈਂ ਉਹੀ ਰੇ। ਸਤਿਗੁਰੂ ਜੀ ਕਹਿੰਦੇ ਇਹ ਤਾਂ ਗੁਰੂ ਨਾਨਕ ਦਾ ਘਰ ਹੈ, ਹਰ ਜੀ ਹੰਕਾਰ ਨਾ ਭਾਵੇ, ਹੰਕਾਰੀਆਂ ਨਿੰਦਕਾਂ ਪਿੱਠ ਦਿਓ। ਸਤਿਗੁਰ ਨੇ ਗੁਰਮੁਖੋ ਚਾਰੇ ਕਵੀਆਂ ਨੂੰ ਵਾਪਸ ਮੋੜ ਦਿੱਤਾ ਕਿ ਤੁਹਾਡੀ ਰਚਨਾ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਗੁਰਮਤ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਇਹ ਵੀ ਚਾਰੇ ਨਾਰਾਜ਼ ਹੋ ਕੇ ਚਲੇ ਗਏ। ਕਈ ਇਤਿਹਾਸਕਾਰ ਲਿਖਦੇ ਨੇ ਜੋ ਕਾਨਾ ਸੀ ਨਾ, ਉਹ ਚੰਦੂ ਦਾ ਚਚੇੜਾ ਭਰਾ ਸੀ, ਇਹਨਾਂ ਵੀ ਜਾ ਕੇ ਕੰਨ ਭਰਨੇ ਸ਼ੁਰੂ ਕਰਤੇ। ਅਗਲਾ ਸ਼ਹੀਦੀ ਦਾ ਕਾਰਨ ਹੈ ਪ੍ਰਿਥੀ ਚੰਦ, ਸਤਿਗੁਰ ਦਾ ਵੱਡਾ ਭਰਾ, ਇਹ ਵੀ ਰੱਜ ਕੇ ਈਰਖਾ ਕਰਦਾ ਹੈ। ਜਦੋਂ ਗੁਰੂ ਅਰਜਨ ਦੇਵ ਪਿਤਾ ਜੀ ਨੂੰ ਗੁਰਤਾ ਗੱਦੀ ਮਿਲ ਗਈ, ਇਹ ਵੀ ਸੁਨੀ ਖਾਨ ਦੇ ਨਾਲ ਮਿਲ ਕੇ ਉੱਥੋਂ ਫੌਜ ਸਤਿਗੁਰ ਚੜ੍ਹਾਉਂਦਾ ਹੈ। ਇੱਧਰ ਸਤਿਗੁਰ ਨੂੰ ਪਤਾ ਲੱਗਦਾ ਹੈ, ਸਿੱਖ ਕਹਿੰਦੇ ਸਤਿਗੁਰੂ ਕੋਈ ਪੱਤਰਕਾਰ ਚਿੱਠੀ ਲਿਖੀਏ, ਕੋਈ ਦੋ ਬੰਦੇ ਭੇਜੀਏ ਉਹਨੂੰ ਸਮਝਾਉਣ ਵਾਸਤੇ, ਤੇਰਾ ਸਾਡਾ ਕੀ ਵਿਆਰ ਹੈ, ਕੋਈ ਹੋਰ ਉਪਾਅ ਕਰੀਏ ਆਪਾਂ। ਤੇ ਗੁਰੂ ਅਰਜਨ ਦੇਵ ਜੀ ਪਤਾ ਕੀ ਕਹਿੰਦੇ, ਕਹਿੰਦੇ ਸਿੱਖੋ ਅਸੀਂ ਤਾਂ ਇੱਕ ਪਰਮੇਸ਼ਰ ਤੇ ਭਰੋਸਾ ਰੱਖਿਆ ਹੋਇਆ ਹੈ, ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋਏ ਮਾਨੁਖ ਬਚਾਊ, ਤਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਪਿਆਰ ਰੱਖੋ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ।
ਇਹ ਸੁਲੀਖਾ ਆਉਂਦਾ ਹੈ ਜਦੋਂ ਹਮਲਾ ਕਰਨ ਵਾਸਤੇ ਘੋੜੇ ਸਮੇਤ ਭੱਠੇ ਦੇ ਵਿੱਚ ਗੁਰਮੁਖ ਡਿੱਗ ਪਿਆ ਤੇ ਸੜ ਕੇ ਸਵਾਹ ਹੋ ਗਿਆ। ਸੁਲੀ ਤੇ ਨਾਰਾਇਣ ਰਾਖ ਸਤਿਗੁਰ ਦੀ ਬਾਣੀ ਕਹਿੰਦੀ ਹੈ। ਇਹਦਾ ਭਤੀਜਾ ਸੁਲੀਖਾ ਆਉਂਦਾ ਹੈ ਸਤਿਗੁਰ ਤੇ ਹਮਲਾ ਕਰਨ ਵਾਸਤੇ ਚੁੱਕਿਆ ਚੁਕਾਇਆ, ਢਿੱਡ 'ਚ ਸੂਲ ਉੱਠਦੀ ਹੈ, ਦਰਦ ਹੁੰਦੀ ਹੈ, ਰਸਤੇ 'ਚ ਉਹਦੀ ਮੌਤ ਹੋ ਜਾਂਦੀ ਹੈ, ਫੌਜਾਂ ਫਿਰ ਵਾਪਸ ਚਲੇ ਗਈਆਂ। ਹੁਣ ਚੰਦੂ ਵੀ ਈਰਖਾ ਕਰਦਾ ਹੈ, ਜਦੋਂ ਇਹਨੇ ਪੰਡਤਾਂ ਨੂੰ ਭੇਜਿਆ ਮੇਰੀ ਧੀ ਦਾ ਰਿਸ਼ਤਾ ਕਿਤੇ ਪੱਕਾ ਕਰਕੇ ਉਹ ਯੋਗ ਵਰ ਲੱਭੋ, ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਨੇ, ਜਾ ਕੇ ਦੱਸਦੇ ਨੇ ਏਦਾਂ ਗੁਰੂ ਅਰਜਨ ਦੇਵ ਦਾ ਸਪੁੱਤਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਉਹਦੇ ਨਾਲ ਤੇਰੀ ਧੀ ਦਾ ਰਿਸ਼ਤਾ ਪੱਕਾ ਕਰ ਆਏ ਹਾਂ, ਤੇ ਐਡਾ ਹੰਕਾਰੀ ਸੀ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ, ਕਹਿੰਦਾ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਸਿੱਖਾਂ ਨੂੰ ਪਤਾ ਲੱਗਾ, ਆ ਕੇ ਸਤਿਗੁਰੂ ਨੂੰ ਬੇਨਤੀ ਕੀਤੀ, ਸਤਿਗੁਰੂ ਚੰਦੂ ਬੜਾ ਹੰਕਾਰੀ ਜੇ, ਇਹਦੀ ਧੀ ਦਾ ਰਿਸ਼ਤਾ ਨਾ ਪ੍ਰਵਾਨ ਕਰਿਓ, ਇਹ ਆਪਣੇ ਆਪ ਨੂੰ ਚੁਬਾਰਾ ਦੱਸਦਾ ਜੇ, ਤੂੰ ਗੁਰੂ ਨਾਨਕ ਜੀ ਦੇ ਘਰ ਨੂੰ ਮੋਰੀ ਦੱਸਦਾ ਜੇ। ਸਤਿਗੁਰੂ ਨੇ ਇਹਦਾ ਰਿਸ਼ਤਾ ਮੋੜ ਦਿੱਤਾ, ਪ੍ਰਵਾਨ ਨਹੀਂ ਕੀਤਾ। ਇਹ ਵੀ ਉਹਨੇ ਈਰਖਾ ਕਰਦਾ ਹੈ। ਇੱਧਰੋਂ ਜਦੋਂ ਜਹਾਂਗੀਰ ਦਾ ਆਪਣਾ ਪੁੱਤਰ ਖੁਸਰੋ ਬਾਗੀ ਹੁੰਦਾ ਹੈ, ਮੁਰਤਜ਼ਾ ਖਾਂ ਜਿਹੜਾ ਸ਼ੇਖ ਫਰੀਦ ਬੁਖਾਰੀ ਹੈ, ਇਹਨੂੰ ਰੁਤਬਾ ਮਿਲਿਆ ਸੀ, ਖਿਤਾਬ ਮਿਲਿਆ ਸੀ ਜਹਾਂਗੀਰ ਵੱਲੋਂ ਮੁਰਤਜ਼ਾ ਖਾਂ ਦਾ, ਇਹ ਵੀ ਚਿੱਠੀ ਲਿਖਦਾ ਹੈ, ਬਾਦਸ਼ਾਹ ਸਲਾਮਤ ਤੇਰੇ ਬਾਗੀ ਪੁੱਤਰ ਖੁਸਰੋ ਨੂੰ ਗੁਰੂ ਅਰਜਨ ਦੇਵ ਪਿਤਾ ਨੇ ਕੇਸਰ ਦਾ ਤਿਲਕ ਲਾਇਆ ਹੀ ਤੇ ਉਹਨੂੰ ਆਸ਼ੀਰਵਾਦ ਦਿੱਤਾ ਹੀ, ਜੋ ਜਹਾਂਗੀਰ ਦੇ ਹੜਕ ਕੰਨ ਭਰ ਰਿਹਾ ਹੈ, ਇੱਧਰੋਂ ਪ੍ਰਿਥੀਜਨ ਕੰਨ ਭਰਦਾ ਪਿਆ ਹੈ, ਸਖੀ ਸਰਵੜੀਏ ਕੰਨ ਭਰਦੇ ਪਏ ਨੇ, ਨਕਸ਼ਬੰਦੀਏ ਕੰਨ ਭਰਦੇ ਪਏ ਨੇ, ਚੰਦੂ ਕੰਨ ਭਰਦਾ ਪਿਆ ਹੈ, ਤੇ ਬੀਰਬਲ ਜਿਹਦਾ ਪਹਿਲਾ ਨਾਂ ਸੀ ਭੇਸ਼ ਦਾਸ, ਜਦੋਂ ਜੋਧਾ ਬਾਈ ਵਿਆਹੀ ਆਈ ਨਾ ਉਹਦੇ ਨਾਲ ਆਇਆ ਸੀ, ਅਸੀਂ ਨਾਟਕ ਵੇਖਦੇ ਨਾ ਅਕਬਰ ਤੇ ਬੀਰਬਲ, ਸਾਡੇ ਬੱਚੇ ਬੜੇ ਸ਼ਾਹ ਨਾਲ ਬੀਰਬਲ ਦਾ ਨਾਟਕ ਵੇਖਦੇ ਨੇ, ਤੁਹਾਨੂੰ ਪਤਾ ਬੀਰਬਲ ਕੌਣ ਹੋਇਆ, ਇਹ ਗੁਰੂ ਘਰ ਦਾ ਦੁਖੀ ਤੇ ਵਿਰੋਧੀ ਹੋਇਆ ਜੇ, ਇਹ ਵੀ ਚੁੱਕਿਆ ਚੁਕਾਇਆ ਗੁਰੂ ਅਰਜਨ ਦੇਵ ਪਿਤਾ ਦੇ ਕੋਲ ਆਇਆ ਤੇ ਆ ਕੇ ਪਤਾ ਕੀ ਕਹਿੰਦਾ, ਕਹਿੰਦਾ ਗੁਰੂ ਅਰਜਨ ਦੇਵ ਪਿਤਾ ਜੀ ਹੰਕਾਰ ਜਾ ਕੇ, ਗੁਰੂ ਅਰਜਨ ਦੇਵ ਪਿਤਾ ਜੀ ਆਪਣੀ ਝੂਠ ਦੀ ਦੁਕਾਨ ਬੰਦ ਕਰ ਲਓ, ਮੈਂ ਅਫਗਾਨਿਸਤਾਨ ਚੱਲਿਆ, ਨਹੀਂ ਤਾਂ ਵਾਪਸ ਆ ਕੇ ਤੁਹਾਡੇ 'ਤੇ ਮੈਂ ਹਮਲਾ ਕਰਾਂਗਾ। ਸਤ ਸੰਗੀਓ, ਸਤਿਗੁਰੂ ਬੜੇ ਸਹਿਜ ਵਿੱਚ ਆਖਣ ਲੱਗੇ, ਕਹਿੰਦੇ ਉਹ ਬੀਰਬਲ ਜਦੋਂ ਆਏਗਾ ਫਿਰ ਵੇਖਾਂਗੇ, ਇਹ ਬੀਰਬਲ ਪਾਕਿਸਤਾਨ ਤੋਂ ਅਫਗਾਨਿਸਤਾਨ ਜਾਂਦਾ ਹੈ, ਉੱਥੇ ਹੀ ਮਾਰਿਆ ਜਾਂਦਾ ਹੈ, ਵਾਪਸ ਨਹੀਂ ਆਉਂਦਾ। ਸਤਸੰਗੀਓ, ਹਰ ਕੋਈ ਜਹਾਂਗੀਰ ਦੇ ਕੰਨ ਭਰਦਾ ਪਿਆ ਹੈ, ਗੁਰੂ ਅਰਜਨ ਦੇਵ ਪਿਤਰ ਲਾਹੌਰ ਬੁਲਾਇਆ ਜਾਂਦਾ ਹੈ, ਦਾਸ ਸਮਾਪਤੀ ਵੱਲ ਆਵੇ ਜੀ, ਲਾਹੌਰ ਬੁਲਾਇਆ ਜਾਂਦਾ ਹੈ, ਫਿਰ ਸਤਿਗੁਰੂ ਜੀ ਨੂੰ ਸਿਆਸਤ ਬਾਬਾ ਜਾਸਾ ਦੀ ਧਾਰਾ ਦੇ ਮੁਤਾਬਕ ਕਤਲ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਸ਼ਹੀਦ ਕਰ ਦਿਓ। ਇਹ ਸਿਆਸਤ ਬਾਬਾ ਜਾਸਾ ਕਾਨੂੰਨ ਕਿਹਨੇ ਬਣਾਇਆ ਸੀ? ਚੰਗੇਜ਼ ਖਾਨ ਨੇ। ਇਹਦਾ ਮਤਲਬ ਕੀ ਹੈ? ਜਦੋਂ ਕਿਸੇ ਰਹਿਬਰ ਨੂੰ ਕਿਸੇ ਪੈਗੰਬਰ ਨੂੰ ਸ਼ਹੀਦ ਕਰਨਾ ਹੋਵੇ ਨਾ, ਇਹਨਾਂ ਦਾ ਇੱਕ ਮੰਨਣਾ ਸੀ, ਕਹਿੰਦੇ ਕੋਈ ਪਾਕ ਪਵਿੱਤਰ ਰੂਹ ਹੋਵੇ ਨਾ, ਜੇ ਉਹਦੇ ਖੂਨ ਦੇ ਤੁਪਕੇ ਧਰਤੀ 'ਤੇ ਡਿੱਗਣ ਨਾ ਤਾਂ ਕਈ ਪਾਕ ਪਵਿੱਤਰ ਰੂਹਾਂ ਪੈਦਾ ਹੋ ਜਾਂਦੀਆਂ ਨੇ, ਤਾਂ ਉਹ ਫਿਰ ਕਬੀਲੇ ਨੂੰ ਤੰਗ ਕਰਦੀਆਂ ਨੇ, ਤਖਤੇ ਪਲਟਾ ਦਿੰਦੀਆਂ ਨੇ। ਪਾਕ ਪਵਿੱਤਰ ਰੂਹ ਦਾ
ਖੂਨ ਥੱਲੇ ਡਿੱਗਣਾ ਨਹੀਂ ਚਾਹੀਦਾ, ਦੇਗ ਚ ਉਬਾਲ ਦਿਓ, ਇਸੇ ਕਿ ਸਤਿਗੁਰੂ ਦੇਗ ਚ ਉਬਾਲਿਆ ਗਿਆ ਖੂਨ ਸੜ ਜਾਵੇ, ਤੱਤੀ ਤਵੀ ਤੇ ਬਿਠਾਇਆ ਗਿਆ ਖੂਨ ਸੜ ਜਾਵੇ, ਸਿਰ ਤੇ ਰੇਤਾ ਗਰਮ ਪਾਈ ਗਈ, ਹੋਰ ਕਈ ਤਸੀਹੇ ਦਿੱਤੇ ਗਏ। ਵੇਖੋ ਮੌਸਮ ਵੀ ਤੱਤਾ ਹੈ, ਲੋਹ ਵੀ ਤੱਤੀ ਹੈ, ਰੇਤਾ ਵੀ ਤੱਤੀ ਹੈ, ਪਾਣੀ ਵੀ ਤੱਤਾ ਹੈ, ਜਾਂ ਗੀਰ ਵੀ ਤੱਤਾ ਹੈ, ਮੁਰਤਜਾ ਖਾਂ ਵੀ ਤੱਤਾ ਹੈ, ਚੰਦੂ ਵੀ ਤੱਤਾ ਹੈ, ਸਾਈ ਮੀਆਂ ਮੀਰ ਜੀ ਨੂੰ ਪਤਾ ਲੱਗਾ ਉਹ ਵੀ ਤੱਤੇ ਹੋ ਗਏ, ਏਦਾਂ ਨਹੀਂ ਹੋਣਾ ਚਾਹੀਦਾ। ਅਸੀਂ ਆਖਣ ਕੇ ਸਤਿਗੁਰੂ ਹੁਕਮ ਕਰੋ ਮੈਂ ਦੁਸ਼ਮਣ ਦਾ ਸੱਤਿਆ ਨਾਸ ਕਰ ਦੇਵਾਂ। ਤੇ ਗੁਰੂ ਅਰਜਨ ਦੇਵ ਪਿਤਾ ਜੀ ਬੜੇ ਸਹਿਜ ਵਿੱਚ ਆਖਣ ਲੱਗੇ, ਕਹਿੰਦੇ ਸਾਈ ਜੀ ਇੱਥੇ ਦੁਸ਼ਮਣ ਕੌਣ ਹੈ? ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਨਾ ਕੋ ਬੈਰੀ ਨਹੀਂ ਬਿਗਾਨਾ। ਇੱਥੇ ਤਾਂ ਸਾਰੇ ਆਪਣੇ ਦੁਸ਼ਮਣ ਕੌਣ? ਵੇਖੋ ਚੰਦੂ ਵੀ ਤੱਤਾ ਜੇ, ਜਾਂ ਗੀ ਵੀ ਤੱਤਾ ਜੇ, ਮੁਰਤਜਾ ਖਾਂ ਵੀ ਤੱਤਾ ਜੇ, ਸਖੀ ਸਰਵਰੀਏ ਵੀ ਤੱਤੇ ਨੇ, ਸਾਈ ਮੀਆਂ ਵੀ ਤੱਤਾ ਹੋ ਗਿਆ, ਮੌਸਮ ਵੀ ਤੱਤਾ ਹੈ, ਰੇਤਾ ਵੀ ਤੱਤੀ ਹੈ, ਪਾਣੀ ਵੀ ਤੱਤਾ ਹੈ, ਲੋਹ ਵੀ ਤੱਤੀ ਹੈ, ਜੇ ਠੰਡੇ ਨੇ ਉਹਨੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਕੀ ਕਹਿੰਦੇ, ਤੇਰਾ ਕੀਆ ਮਿੱਠਾ ਲਾਗੇ, ਹਾ ਨਾਮ ਪਦਾਰਥ ਨਾਨਕ ਮੰਗੇ। ਸਤਸੰਗੀਓ, ਫਿਰ ਗੁਰੂ ਅਰਜਨ ਦੇਵ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ। ਇੱਥੇ ਫਿਰ ਇੱਕ ਪਿਆਰ ਵਾਲਾ ਕਵੀ ਲਿਖਦਾ ਹੈ, ਉਹ ਕੀ ਕਹਿੰਦਾ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਵੇਖ ਕੇ, ਕਹਿੰਦਾ ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋਵੇ, ਕਹਿੰਦਾ ਸੰਸਾਰ ਦੇ ਲੋਕੋ ਵੇਖੋ ਗੁਰੂ ਅਰਜਨ ਦੇਵ ਪਿਤਾ ਦੀ ਕੁਰਬਾਨੀ ਵੇਖ ਕੇ ਕੁਰਬਾਨੀ ਵੀ ਕੁਰਬਾਨ ਹੋ ਰਹੀ ਜੇ। ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋਵੇ, ਜਾਈਏ ਕੁਰਬਾਨ ਐਸੀ ਕੁਰਬਾਨੀ ਤੋਂ, ਕਹਿੰਦੇ ਇਹੋ ਜਿਹੀ ਕੁਰਬਾਨੀ ਤੋਂ ਕੁਰਬਾਨ ਹੋ ਜਾਣਾ ਚਾਹੀਦਾ ਹੈ। ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋਵੇ, ਜਾਈਏ ਕੁਰਬਾਨ ਐਸੀ ਕੁਰਬਾਨੀ ਤੋਂ। ਸਤਿਗੁਰ ਕਿਰਪਾ ਕਰਨ, ਸਤਿਗੁਰ ਬਖਸ਼ਿਸ਼ ਕਰਨ। ਦਾਸ ਦਾ ਦਿਲ ਸੀ ਗੁਰਮੁਖ ਗੁਰੂ ਅਰਜਨ ਦੇਵ ਪਿਤਾ ਸ਼ਹੀਦੀ ਦੇ ਰਾਹ ਆ ਰਿਹਾ ਹੈ, ਉਹ ਕਾਰਨ ਕੀ ਨੇ ਗੁਰਮੁਖੋ? ਸਤਿਗੁਰ ਨੇ ਸੰਖੇਪ 'ਚ ਸੇਵਾ ਲਈ ਮੈਂ ਪੂਰਾ ਯਤਨ ਕੀਤਾ, ਸਮੇਂ ਸਿਰ ਸਮਾਪਤੀ ਹੋ ਜਾਵੇ। ਸਤਿਗੁਰ ਨੇ ਸੇਵਾ ਲਈ ਹੈ, ਆਪ ਹੀ ਸਤਿਗੁਰ ਸਿਰ 'ਤੇ ਹੱਥ ਰੱਖ ਕੇ ਆਉਣ ਵਾਲੇ ਸਮੇਂ 'ਚ ਸੇਵਾ ਲੈਣ। ਵਿਸ਼ੇਸ਼ ਧੰਨਵਾਦ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ, ਆਪਣੀ ਗੋਦ ਬੈਠਾ ਕੇ ਤੁਹਾਡੇ ਦਰਸ਼ਨ ਕਰਾਏ। ਦਾਸ ਦੀਆਂ ਭੁੱਲਾਂ ਬਖਸ਼ੋ ਜੀ, ਬਖਸ਼ਦੇ ਹੋ ਜਿਉ ਅਸੀਸ, ਪਰਵਾਨੋ ਫਤਿਹ, ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।